देख रहे हो जस पंजाबी, मैं हाँ थोड़े नाल हरकीरत सिंह आलूवालिया। बाय गोल नाउ आस करन हाओ, इस शो के तहत हमेशा कोशिश होती है तुहानू दस सकीए कि कुछ चल रहा है व्हेन इट कम्स टू बाइंग अ गोल्ड और की सरगर्मियां हन, क्योंकि वैडिंग सीजन जिहड़ा हैगा वह शुरू हो चुके है। और जिथे असी गोल्ड बाय करते हैं तो घर के होर सारे कई काम होंगे हैं जिथे सानू बुकिंग करनी होंगी है। तो कोशिश करांगे कि तुहानू हर इस टाइम मंडे नू हर इस स्लॉट के उत्ते तुहानू दस सके कि वैडिंग्स की जिहड़ी अपडेट्स ने वो इस शो के तहत तुहानू दस सकी है। अज भी तुहानू अपडेट्स देवांगे। जेकर तुसी मिड वैसट ईस्ट कोस्ट या वैसट कोस्ट किथे रह रहे हो तुहानू सीधा लैके चलते हैं असी करन दे कोल, जो कि मौजूद हैं साढ़े नाल जैक्सन हाइट अपने स्टोर तो स्काइप दे नाल। करन, वी वेलकम यू ऑन द शो। एंड पिछला वीक जिहड़ा हैगा तुसी बहुत सारी गोल्ड चेन लोगों नू फ्री वंडियां, लोगों के कॉल भी सानू आए, लोग बहुत एक्साइटेड होए। इस बार की खास है, गोल्ड का की रेट चल रहा है? हरकिरत सत श्री अकाल पहले तो सारे दर्शकों नू, ते साडे कोल जो प्राइस चल रहा है पहले तो $1810 चल रहा है, ते हले भी लो है। एंड ऑपरचुनिटी चको ते पहले तो गोल्ड प्राइस ਉੱਪਰ ਚਲੇ ਗਿਆ ਸੀ, ਫਿਰ ਥੋੜਾ ਨੀਚੇ ਆਇਆ, ਹੁਣ ਵੈਡਿੰਗ ਸੀਜ਼ਨ ਹੈਗਾ ਤੇ ਸਭ ਨੂੰ ਹੁਣ ਬਾਏ ਕਰਨ ਦੇ ਚਾਂਸਸ ਹੈਗੇ ਨੇ ਜੀ। ਸੋ ਸ਼ਾਪ ਤੇ ਜਾਓ। ਪਿਛਲੇ ਵੀਕ ਸਾਡੇ ਕੋਲ ਆਏ ਸੀਗੇ ਜਿਹੜੇ ਕਲਾਇੰਟ ਸਾਡੇ, ਉਹਨਾਂ ਨੇ ਕੀ ਤੁਹਾਨੂੰ ਕਿਹਾ, ਕਿਵੇਂ ਉਹਨਾਂ ਨੇ ਆਪਣੀ ਐਕਸਾਈਟਮੈਂਟ ਸ਼ੋਅ ਕੀਤੀ ਤੁਹਾਨੂੰ? ਸਾਡੇ ਕਸਟਮਰ ਵੀਕਐਂਡ ਲਾਸਟ ਵੀਕ ਪੂਰਾ ਇਹਨਾਂ ਸਾਨੂੰ ਅੱਛਾ ਲੱਗਿਆ ਨਾ ਕਿ ਕਸਟਮਰ ਨੇ ਪੂਰੀ ਆਪਣੀ ਵੈਡਿੰਗ ਜੁਐਲਰੀ ਲਿੱਤੀ ਹੈ ਤੇ ਸਾਨੂੰ ਅਸੀਂ ਉਹਨਾਂ ਨੂੰ ਫ੍ਰੀ ਚੇਨ ਵੀ ਦਿੱਤੀ ਹੈ ਤੇ 5000 ਤੋਂ ਉੱਪਰ ਤੁਸੀਂ ਇਸ ਵੀਕ ਵੀ ਕਰਦੇ ਹੋ ਤੇ ਮੈਂ ਸੇਮ ਓਪਰਚੁਨਿਟੀ ਸਭ ਨੂੰ ਦਾਂਗੇ ਜਿਨ੍ਹਾਂ ਨੇ ਨਹੀਂ ਲਿੱਤੀ ਹਾਲੇ ਤੱਕ। ਕੀ ਬਾਤ ਹੈ ਜੀ, ਸੇਮ ਆਫਰ ਮਿਲ ਰਹੀ ਹੈ ਜੀ ਜਿਨ੍ਹਾਂ ਨੇ ਪਿਛਲੇ ਵੀਕ ਆਫਰ ਨਹੀਂ ਲੈ ਪਾਏ। ਦੇਖੋ ਤੁਸੀਂ $5000 ਦੀ ਬਾਏ ਕਰਦੇ ਹੋ ਇਹਨਾਂ ਤੋਂ ਗੋਲਡ ਐਸੈਸਰੀਜ਼ ਜਾਂ ਫਿਰ ਜੁਐਲਰੀ, ਦੇ ਵਿਲ ਗਿਵ ਯੂ ਗੋਲਡ ਚੇਨ ਫਰੀ। ਵਾਹ ਜੀ ਵਾਹ। 7184787200 ਇਹ ਨੰਬਰ ਹੈ, ਤੁਸੀਂ ਕਾਲ ਕਰ ਸਕਦੇ ਹੋ। ਔਰ ਜੇਕਰ ਤੁਸੀਂ ਵਟਸਐਪ ਰਾਹੀਂ ਕਾਲ ਕਰਨਾ ਚਾਹੁੰਦੇ ਹੋ ਤਾਂ 5163010771 ਦੇ ਉੱਤੇ ਤੁਸੀਂ ਕਾਲ ਕਰਕੇ ਕਰਨ ਹੋਰਾਂ ਨਾਲ ਜਿਹੜਾ ਹੈਗਾ ਰਾਬਤਾ ਕਰ ਸਕਦੇ ਹੋ। ਲੇਟੈਸਟ ਡਿਜ਼ਾਈਨ ਐਂਡ ਜੁਐਲਰੀ ਲਈ ਤੁਸੀਂ ਇਹਨਾਂ ਨਾਲ ਆਪਣੀ ਗੱਲ ਕਰ ਸਕਦੇ ਹੋ। ਤੁਸੀਂ ਵੇਖ ਸਕਦੇ ਹੋ ਕਿ ਟੀ ਵੀ ਦੇ ਉੱਤੇ ਜਿਹੜੇ ਇਸ ਟਾਈਮ ਡਿਜ਼ਾਈਨ ਚੱਲ ਰਹੇ ਨੇ, ਭਾਵੇਂ ਉਹ ਵਾਈਟ ਗੋਲਡ ਦੀ ਗੱਲ ਕੀਤੀ ਜਾਏ, ਭਾਵੇਂ ਉਹ ਯੈਲੋ ਗੋਲਡ ਦੀ ਗੱਲ ਕੀਤੀ ਜਾਏ, ਭਾਵੇਂ ਲੇਟੈਸਟ ਡਿਜ਼ਾਈਨਸ ਦੀ ਗੱਲ ਕੀਤੀ ਜਾਏ, ਸੋ ਦੇ ਹੈਵ ਦਿਸ ਵਰਾਇਟੀ ਐਂਡ ਕਸਟਮਾਈਜ਼ਡ ਜੁਐਲਰੀ ਇਨ ਹਾਊਸ in Kunal Jewelers, and Karan will help you out. Also, you can log in to kunaljewels.com. ਅਤੇ ਕਈ ਸਾਰੀਆਂ ਜਿਹੜੀ ਤੁਸੀਂ ਵੇਖ ਸਕਦੇ ਹੋ ਕਿ ਟੀ ਵੀ ਸਕਰੀਨ ਦੇ ਉੱਤੇ ਇਸ ਟਾਈਮ ਬੈਂਗਲਸ ਵੀ ਚੱਲ ਰਹੀਆਂ ਹਨ, ਜਾਂ ਫਿਰ ਜਿਹੜੇ ਲੇਟੈਸਟ ਡਿਜ਼ਾਈਨਸ ਨੇ ਉਹ ਵੀ ਤੁਸੀਂ ਅਵੇਲ ਕਰ ਸਕਦੇ ਹੋ ਇਹਨਾਂ ਦੇ ਸਟੋਰ 'ਤੇ ਜਾ ਕੇ। ਕਰਨ, ਹੁਣ ਅੱਜ ਤੁਸੀਂ ਸਾਨੂੰ ਹੋਰ ਕਿਸੇ ਖਾਸ ਮਹਿਮਾਨ ਨਾਲ ਵੀ ਮਿਲਵਾਉਣ ਜਾ ਰਹੇ ਹੋ, ਅਤੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਜੇਕਰ ਤੁਸੀਂ ਆਪਣੇ ਘਰ ਦੇ ਲਈ ਜਾਂ ਫਿਰ ਆਪਣੇ ਪ੍ਰੋਗਰਾਮਸ ਦੇ ਲਈ ਅੱਗੇ ਕੋਈ ਵੀ ਵੈਡਿੰਗ ਰੱਖ ਰਹੇ ਹੋ, ਤਾਂ ਕਰਨ ਜਿਹੜੇ ਨੇ ਉਹ ਸਮਾਲ ਬਿਜ਼ਨਸਿਸ ਜਾਂ ਜਿਹੜੇ ਹੋਰ ਵੱਖ ਵੱਖ ਬਿਜ਼ਨਸਿਸ ਨੇ ਉਹਨਾਂ ਨੂੰ ਵੀ ਪ੍ਰਮੋਟ ਕਰਨਾ ਚਾਹੁੰਦੇ ਹਨ ਔਰ ਚਾਹੁੰਦੇ ਹਨ ਕਿ ਉਹ ਵੀ ਇਸ ਵੈਡਿੰਗ ਦਾ ਹਿੱਸਾ ਬਣ ਸਕਣ, ਤਾਂ ਜੇਕਰ ਤੁਸੀਂ ਹਜੇ ਤੱਕ ਗੋਲਡ ਬਾਏ ਨਹੀਂ ਕੀਤਾ ਤਾਂ ਉਹ ਵੀ ਤੁਸੀਂ ਬਾਏ ਕਰ ਸਕਦੇ ਹੋ। ਤੁਹਾਨੂੰ ਹਰ ਵੀਕ ਕਰਨ ਜਿਹੜੇ ਨੇ ਉਹ ਮਿਲਵਾਉਣ ਦੀ ਕੋਸ਼ਿਸ਼ ਕਰਨਗੇ ਕਿ ਕਿਹੜੇ ਕਿਹੜੇ ਵੈਡਿੰਗ ਦੇ ਜਿਹੜੇ ਕੰਮ ਨੇ ਉਹ ਹੋਰ ਜਿਹੜੇ ਲੋਕ ਨੇ ਉਹ ਕਰ ਰਹੇ ਨੇ, ਕੀ ਸਰਵਿਸਿਜ਼ ਦੇ ਰਹੇ ਨੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇੱਕ ਛੱਤ ਦੇ ਥੱਲੇ ਜਿਹੜਾ ਹੈਗਾ ਕਰਨ ਸਾਰੀਆਂ ਸੇਵਾਵਾਂ ਦੇ ਸਕਣ। ਅਤੇ ਮਿਡ ਵੈਸਟ ਤੋਂ ਸਾਡੇ ਨਾਲ ਗਗਨ ਜੁੜ ਚੁੱਕੇ ਨੇ, ਜੋ ਕਿ ਮਿਡ ਵੈਸਟ ਦੇ ਵਿੱਚ ਸਕਾਈ ਐਂਟਰਟੇਨਮੈਂਟ ਦੇ ਨਾਲ ਪਹਿਚਾਣੇ ਜਾਂਦੇ ਹਨ। ਕਰਨ, ਮੈਂ ਜ਼ਰੂਰ ਚਾਹਾਂਗਾ ਕਿ ਕਿੰਨਾ ਜ਼ਰੂਰੀ ਹੋ ਜਾਂਦਾ ਕਿ ਵੈਡਿੰਗ ਸੀਜ਼ਨ ਹੋਏ ਔਰ ਘਰ ਛੱਤ ਦੇ ਥੱਲੇ ਹਲਵਾਈ ਵੀ ਹੋਣ, ਕਿ ਜਿਹਨੂੰ ਆਪਾਂ ਕੇਟਰ ਕਹਿੰਦੇ ਹਾਂ, ਜਿਨ੍ਹਾਂ ਤੋਂ ਗੋਲਡ ਬਾਏ ਕੀਤਾ ਉਹ ਵੀ ਹੋਣ, ਜਿਨ੍ਹਾਂ ਨੇ ਸਾਨੂੰ ਡਿਜ਼ਾਈਨ ਦਿੱਤੀ ਹੈ ਕੱਪੜਿਆਂ ਦੀ ਉਹ ਵੀ ਹੋਣ। ਸੋ ਕਰਨ, ਇਹ ਤੁਹਾਡੇ ਕਿਵੇਂ ਥੋਟ ਆਇਆ? ਦੇਖੋ, ਕੰਪਲੀਟ ਪੈਕੇਜ ਤੇ ਸਭ ਦੇ ਨਾਲ ਹੀ ਹੁੰਦਾ ਹੈ, ਤੇ ਜੁਐਲਰੀ ਤੋਂ ਲੈ ਕੇ ਵੈਡਿੰਗ ਹਾਲ, ਵੀਡੀਓਗ੍ਰਾਫਿੰਗ, ਡੀਜੇ ਤੇ ਕਲੋਥਸ, ਇਹ ਤੇ ਮੇਨ ਵੈਡਿੰਗ ਸੀਜ਼ਨ ਦੇ ਅੰਦਰ ਸਾਰਾ ਕੁਝ ਹੀ ਪੈਕੇਜ ਹੁੰਦਾ ਹੈ, ਅਦਰਵਾਈਜ਼ ਵੈਡਿੰਗ ਇਜ਼ ਨਾਟ ਅ ਕੰਪਲੀਟ ਪੈਕੇਜ, ਹੈ ਨਾ? ਰਾਈਟ। ਤੇ ਉਹ ਤੇ ਤੁਹਾਨੂੰ ਸਾਰਾ ਪੂਰਾ ਪੈਕੇਜ ਅਸੀਂ ਟਰਾਈ ਕਰ ਰਹੇ ਹਾਂ ਕਿ ਤੁਹਾਨੂੰ ਵਨ ਸ਼ਾਪ ਤੇ ਅਵੇਲੇਬਲ ਮਿਲੇ, ਤੇ ਹਾਲ ਤੋਂ ਲੈ ਕੇ ਵੀਡੀਓਗ੍ਰਾਫਿੰਗ ਤੋਂ ਲੈ ਕੇ ਡੀਜੇ ਤੋਂ ਲੈ ਕੇ ਸਾਰੀ
ਪ੍ਰੋਮੋਸ਼ਨ ਤੁਹਾਨੂੰ ਇੱਕ ਜਗ੍ਹਾ ਤੇ ਹੀ ਮਿਲੇ ਤੁਹਾਨੂੰ। ਕੀ ਬਾਤ ਹੈ, ਵਿਅਕਤੀਗਤ ਸਵਾਗਤ ਹੈ। ਸਿੱਧਾ ਲੈ ਕੇ ਚੱਲਦੇ ਹਾਂ ਅਸੀਂ ਤੁਹਾਨੂੰ ਕਰਨ ਦੇ ਕੋਲ, ਜਿੱਥੇ ਸਾਡੇ ਨਾਲ ਮੌਜੂਦ ਨੇ ਗਗਨ, ਜੋ ਕਿ ਸਕਾਈ ਐਂਟਰਟੇਨਮੈਂਟ ਦੇ ਵੱਲੋਂ ਸਾਡੇ ਨਾਲ ਮੌਜੂਦ ਰਹਿਣਗੇ, ਜੋ ਕਿ ਫੋਟੋਗ੍ਰਾਫੀ ਮਿਡ ਵੈਸਟ ਦੇ ਵਿੱਚ ਕਰਦੇ ਹਨ। ਔਰ ਕਰਨ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੰਡੇ ਨੂੰ ਜਿਹੜਾ ਪ੍ਰੋਗਰਾਮ ਹੋਏਗਾ, ਵੈਡਿੰਗ ਕੰਟੈਂਟ ਤੁਹਾਨੂੰ ਪੂਰਾ ਇਸ ਸ਼ੋਅ ਦੇ ਵਿੱਚ ਮਿਲੇਗਾ, ਜਿੱਥੇ ਤੁਹਾਨੂੰ ਅਸੀਂ ਵੱਖ ਵੱਖ ਹੋਰ ਮਹਿਮਾਨਾਂ ਨਾਲ ਮਿਲਾਵਾਂਗੇ। ਗਗਨ, ਸੋ ਤੁਸੀਂ ਕੀ ਕਵਰ ਕਰਦੇ ਹੋ, ਕੀ ਹੈ ਤੁਹਾਡੀ ਸਰਵਿਸਿਜ਼? ਥੈਂਕ ਯੂ ਕਿਰਤ, ਮੈਨੂੰ ਜਸ ਪੰਜਾਬੀ ਦੇ ਵਿੱਚ ਮੌਕਾ ਦੇਣ ਲਈ। ਆਈ ਲਵ ਯੋਰ ਸ਼ੋ, ਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇੱਕ ਸਰਪ੍ਰਾਈਜ਼ ਦੇਣਾ ਚਾਹਾਂਗਾ। ਆਈ ਗਾਟ ਯੋਰ ਐਲਬਮ। ਓ ਥੈਂਕ ਯੂ। ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਵੈਡਿੰਗ ਜਿਹੜੀ ਹੈਗੀ ਹੈ, ਬਕਾਇਦਾ ਗਗਨ ਨੇ ਮੇਰੀ ਵੀ ਕਵਰ ਕੀਤੀ ਸੀਗੀ ਵੈਨ ਮੈਂ ਮਿਡ ਵੈਸਟ ਦੇ ਵਿੱਚ ਸੀਗਾ। ਐਂਡ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਈਸਟ ਕੋਸਟ ਤੋਂ ਲੈ ਕੇ ਮਿਡ ਵੈਸਟ ਦੇ ਵਿੱਚ ਆਪਣੀ ਵੈਡਿੰਗਸ ਕਰਾਉਣਾ ਚਾਹੁੰਦੇ ਹਨ, ਦੇ ਕੈਨ ਆਲਸੋ ਕੰਟੈਕਟ ਗਗਨ ਐਂਡ ਦ ਸਕਾਈ ਕੰਪਨੀ ਜਿਹੜੀ ਹੈਗੀ ਹੈ। ਐਂਡ ਮੈਂ ਦੇਖ ਰਿਹਾ ਕਿ ਜਿਹੜਾ ਇਹ ਵੈਡਿੰਗ ਦਾ ਮਾਹੌਲ ਹੈ, ਕਰਨ ਹੁਣ ਬੰਦਾ ਜਾ ਰਿਹਾ, ਲੋਕ ਗੋਲਡ ਵੀ ਬਾਏ ਕਰ ਰਹੇ ਨੇ, ਦੇ ਆਰ ਆਲਸੋ ਲੁਕਿੰਗ ਫੋਰ ਦ ਡਿਜ਼ਾਈਨਰਸ, ਔਰ ਫੋਟੋਗ੍ਰਾਫੀ ਤੋਂ ਬਿਨਾਂ ਤਾਂ ਜਿਹੜੀ ਵੈਡਿੰਗ ਹੈ ਉਹ ਪੂਰੀ ਨਹੀਂ ਹੋ ਸਕਦੀ। ਬਿਲਕੁਲ ਬਿਲਕੁਲ ਸਹੀ ਗੱਲ। ਗਗਨ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਤੁਹਾਡੀ ਸਰਵਿਸਿਜ਼। ਹਾਂਜੀ, ਤੋ ਹਕੀਰਤ ਜੀ, ਮੈਂ ਡੀਜੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਪ੍ਰੋਵਾਈਡ ਕਰਦਾ ਇਨ ਦ ਵੈਡਿੰਗ ਇਫੈਕਟਸ ਜਿਹੜੇ ਹੁੰਦੇ ਨੇ, ਜਿਵੇਂ ਕਿ ਯੂ ਨੋ ਐਲਈਡੀ ਡਾਂਸ ਫਲੋਰ, ਕਲਾਊਡ ਇਫੈਕਟਸ, ਫਾਇਰਵਰਕਸ, ਥਿੰਗਸ ਲਾਈਕ ਦੈਟ ਅਸੀਂ ਪ੍ਰੋਵਾਈਡ ਕਰਦੇ ਨੇ। ਸੋ ਬੇਸਿਕਲੀ ਮੇਰੀ ਸਟੋਰੀ ਇਹੀ ਹੈ ਕਿ ਆਈ ਵਾਸ ਅ ਡੀਜੇ ਜਦ ਮੈਂ ਸਟਾਰਟ ਕੀਤਾ, ਐਂਡ ਦੈਨ ਆਫਟਰ 3 or 4 years ਆਈ ਸਟਾਰਟਡ ਟੀਮ ਆਫ ਫੋਟੋਗ੍ਰਾਫਰਸ ਵੀਡੀਓਗ੍ਰਾਫਰਸ because everybody was liking the DJ part but was asking if we can provide hor bhi services ode naal naal. So assi fir photo video DJ the collaboration de naal assi apni team banayi and we've been doing business for 10 years in Michigan. Bilkul, jekar tusi Gagan Hora nu hire karna chahnde ho, tusi Karan Hora nu WhatsApp kar sakde ho. Main chahwanga ki TV screen de utte number flash kita jaye te Karan jehde ne oh ik chhat de thalle hun sari services provide kar rahe ne. ਸੋ ਕਿਸੇ ਨੂੰ ਵੀ ਕੋਈ ਵੀ ਚਾਹੀਦਾ ਗੋਲਡ ਤੋਂ ਇਲਾਵਾ, ਹੀ ਇਜ਼ ਆਲਸੋ ਪ੍ਰੋਵਾਈਡਿੰਗ ਅਦਰ ਸਰਵਿਸਿਜ਼, ਜਿਵੇਂ ਸਾਡੇ ਨਾਲ ਗਗਨ ਜੁੜੇ ਸੀਗੇ। ਥੈਂਕ ਯੂ ਸੋ ਮਚ ਗਗਨ, ਤੁਸੀਂ ਸਾਡੇ ਨਾਲ ਜੁੜੇ ਔਰ ਆਪਣੇ ਬਾਰੇ ਸਾਨੂੰ ਦੱਸਿਆ, ਐਂਡ ਮਿਡ ਵੈਸਟ ਤੋਂ ਲੈ ਕੇ ਤੁਹਾਨੂੰ ਈਸਟ ਕੋਸਟ ਦੇ ਵਿੱਚ ਵੀ ਅਸੀਂ ਜ਼ਰੂਰ ਦੇਖਾਂਗੇ। ਥੈਂਕ ਯੂ ਥੈਂਕ ਯੂ। ਸੋ ਟੀ ਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 5163010771, ਤੁਸੀਂ ਕੋਈ ਵੀ ਤੁਹਾਨੂੰ ਸਰਵਿਸਿਜ਼ ਚਾਹੀਦੀਆਂ ਹਨ, ਗੋਲਡ ਤੋਂ ਇਲਾਵਾ ਯੂ ਨੀਡ ਅ ਫੋਟੋਗ੍ਰਾਫਰ, ਡੀ ਜੇ, ਯੂ ਨੀਡ ਬ੍ਰਾਈਡਲ ਵੀਅਰ ਦੇ ਲਈ ਵੀ ਚਾਹੀਦਾ, ਤਾਂ ਵੀ ਤੁਸੀਂ ਕਰਨ ਹੋਰਾਂ ਨੂੰ ਕਾਲ ਕਰ ਸਕਦੇ ਹੋ 7184787200 ਦੇ ਉੱਤੇ ਵੀ ਤੁਸੀਂ ਬਕਾਇਦਾ ਜਿਹੜਾ ਹੈਗਾ ਕਾਲ ਕਰਕੇ ਆਪਣੀ ਜਾਣਕਾਰੀ ਲੈ ਸਕਦੇ ਹੋ ਗੋਲਡ ਦੀ। ਔਰ ਲੇਟੈਸਟ ਡਿਜ਼ਾਈਨ ਦੀ ਗੱਲ ਕਰੀਏ ਤਾਂ ਕਰਨ, ਕੀ ਕੁਝ ਆਇਆ ਇਸ ਵਾਰ ਤੁਹਾਡੇ ਸਟੋਰ ਦੇ ਵਿੱਚ? ਸਾਡੇ ਕੋਲ ਨਵੇਂ ਝੁਮਕੇ ਏਅਰਿੰਗਸ ਵਗੈਰਾ ਆਈਆਂ ਨੇ, ਐਂਡ ਚੇਨਸ ਵਰਾਇਟੀ ਡਿਫਰੈਂਟ ਮਾਲਾ ਟਾਈਪ ਵਗੈਰਾ ਸਾਰੀ ਆਈਆਂ ਨੇ, ਅਤੇ ਐਵਰੀ ਟ੍ਰੈਂਡ ਜੋ ਹੁਣ ਚੱਲ ਰਿਹਾ ਉਹ ਇਹ ਚੀਜ਼ ਆਈ ਜਾਣੀਆਂ ਨੇ, ਜੋ ਚੀਜ਼ ਮੰਗੋਗੇ ਸਪੈਸ਼ਲ ਆਰਡਰ ਤੇ ਵੀ ਕਰ ਦਾਂਗੇ ਫੋਟੋ ਦਿਖਾਓ। ਇਹ ਮੈਨੂੰ ਬੜੀ ਤੁਹਾਡੀ ਖਾਸ ਗੱਲ ਲੱਗੀ ਕਿ ਤੁਸੀਂ ਹੁਣ ਵੈਡਿੰਗ ਡਾਇਰੀ ਸਟਾਈਲ ਜਿਹੜਾ ਹੈਗਾ ਇਸ ਪ੍ਰੋਗਰਾਮ ਨੂੰ ਕਰ ਰਹੇ ਹੋ ਹੁਣ, ਐਂਡ ਵੇਅਰ ਯੂ ਵਾਂਟ ਟੂ ਸ਼ੋਕੇਸ ਯੂ ਨੋ ਦੀ ਅਦਰ ਬਿਜ਼ਨਸਿਸ ਜਿਹੜੇ ਕਿ ਵੈਡਿੰਗ ਨਾਲ ਇੰਪੋਰਟੈਂਟ ਹੁੰਦੇ ਹਨ, ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਹਰ ਇੱਕ ਵੈਂਡਰ ਦੇ ਨਾਲ ਜ਼ਰੂਰ ਮਿਲਾਵਾਂਗੇ। ਉਹਦੇ ਲਈ ਤੁਸੀਂ ਕਰਨ ਨੂੰ ਕਾਲ ਕਰ ਸਕਦੇ ਹੋ, ਕਰਨ ਜਿਹੜੇ ਨੇ ਉਹ ਤੁਹਾਨੂੰ ਵੈਂਡਰ ਦੀ ਸਰਵਿਸਿਸ ਕੀ ਹਨ ਔਰ ਉਹਨਾਂ ਦਾ ਜਿਹੜਾ ਸਟਾਈਲ ਹੈਗਾ ਕੰਮ ਕਰਨ ਦਾ ਸਭ ਕੁਝ ਤੁਹਾਨੂੰ ਦੱਸਣਗੇ। ਤੇ ਕਰਨ, ਹੁਣ ਇਹ ਪਲੈਨਿੰਗ ਹੋ ਰਹੀ ਹੈ ਕਿ ਹੁਣ ਗੋਲਡ ਬਿਜ਼ਨਸ ਤੋਂ ਇਲਾਵਾ ਯੂ ਵਿਲ ਆਲਸੋ ਬਿਕਮਿੰਗ ਅ ਵੈਡਿੰਗ ਡਿਜ਼ਾਈਨਰ? ਵੈਡਿੰਗ ਡਿਜ਼ਾਈਨਰ, ਯੈਸ, ਪਲੈਨਰ। ਕਰਨ, ਕਿੰਨਾ ਇੰਪੋਰਟੈਂਟ ਹੈ ਕਿ ਇੱਕ ਵੈਡਿੰਗ ਡਿਜ਼ਾਇਨਰ ਨੂੰ ਹਾਇਰ ਕਰਨਾ ਜਿਹੜਾ ਦੱਸ ਸਕੇ ਕਿ ਬਈ ਆ ਤੁਹਾਨੂੰ ਜਿਹੜਾ ਸ਼ੇਰਵਾਨੀ ਵਧੀਆ ਲੱਗੇਗਾ, ਆ ਤੁਹਾਨੂੰ ਜਿਹੜਾ ਤੁਹਾਡੀ ਵੀਅਰ ਹੈਗੀ ਹੈ ਭਾਵੇਂ ਬ੍ਰਾਈਡਲ ਵੀਅਰ ਹੋਏ, ਆਹ ਵਧੀਆ ਲੱਗੇਗਾ ਉਹਦੇ ਉੱਤੇ, ਇਹ ਗੋਲਡ ਵਧੀਆ ਲੱਗੇਗਾ? ਬਿਲਕੁਲ ਬਿਲਕੁਲ, ਬਹੁਤ ਜ਼ਰੂਰੀ ਹੈ ਬਿਕੋਜ਼ ਮੇਨ ਜੋ ਅਟਰੈਕਸ਼ਨ ਹੈ ਬ੍ਰਾਈਡ ਐਂਡ ਗਰੂਮ ਹੁੰਦੇ ਨੇ, ਰਾਈਟ, ਸੋ ਦੇ ਸ਼ੁੱਡ ਲੁੱਕ ਦ ਬੈਸਟ ਇਨ ਦੈਟ ਪਾਰਟੀ ਹਾਲ, ਤੇ ਸਾਡੀ ਡਿਊਟੀ ਹੈ ਉਹ ਚੀਜ਼ ਪੂਰੀ ਕਰਨੀ ਸਭ ਦੇ ਵਾਸਤੇ। ਅਫਕੋਰਸ, ਕਰਨ, ਮੈਂ ਜਿਹੜਾ ਟੀ ਵੀ ਸੈੱਟ ਦੇ ਉੱਤੇ ਵੇਖ ਰਿਹਾ ਅੱਜ ਕੱਲ੍ਹ ਜਿਹੜਾ ਕਸਟਮਾਈਜ਼ ਜਵੈਲਰੀ ਦਾ ਟਰੈਂਡ ਸ਼ੁਰੂ ਹੋਇਆ, ਇੱਕਦਮ ਹੀ ਟਰੈਂਡ ਚੇਂਜ ਹੋਇਆ, ਯੈਲੋ ਗੋਲਡ ਤੋਂ ਇਲਾਵਾ ਵੀ ਜਿਹੜੇ ਇਹ ਕਸਟਮਾਈਜ਼ ਜਵੈਲਰੀਆਂ ਨੇ ਇਹ ਹੁਣ ਟ੍ਰੈਂਡ ਦੇ ਵਿੱਚ ਆ ਰਹੀ ਹੈ, ਇਹਦਾ ਕੀ ਕਾਰਨ ਹੈ ਕਿ ਇੱਕਦਮ ਟ੍ਰੈਂਡ ਜਿਹੜਾ ਹੈਗਾ ਚੇਂਜ ਹੋ ਗਿਆ ਹੁਣ? ਟ੍ਰੈਂਡ ਇਸ ਵਾਸਤੇ ਚੇਂਜ ਹੋ ਰਿਹਾ ਹੈ ਕਿ ਹਰ ਕੋਈ ਯੈਲੋ ਗੋਲਡ ਨਹੀਂ ਪਾਉਣਾ ਚਾਹੁੰਦਾ, ਅਤੇ ਅਸੀਂ ਫਿਰ ਐਂਟਿਕ
ਸਟਾਈਲ ਵਿੱਚ ਲੈ ਕੇ ਆਏ ਆ ਉਹ ਹੁੰਦੀ ਹੈ ਡਲ ਕਲਰ ਦੀ ਪਾਲਿਸ਼ ਹੁੰਦੀ ਹੈ ਐਂਡ ਡਾਰਕ ਲੱਗਦਾ ਹੈ ਸੋਨਾ ਸੋ ਉਹ ਹਰ ਡਰੈਸ ਦੇ ਨਾਲ ਮੈਚ ਕਰ ਜਾਂਦਾ ਹੈ ਹਰ ਸੂਟ ਦੇ ਨਾਲ ਮੈਚ ਕਰ ਜਾਂਦਾ ਹੈ ਸੋ ਉਹ ਤੁਹਾਨੂੰ ਯੈਲੋ ਗੋਲਡ ਨਹੀਂ ਲੱਗੇਗਾ ਸੋ ਉਹ ਵਰਾਇਟੀ ਸਾਡੇ ਕੋਲ ਬਹੁਤ ਹੈਗੀ ਹੈ ਬੈਂਗਲ ਸੈੱਟ ਨੈਕਲੇਸ ਸਾਰੇ ਹੋ ਜਾਣਗੇ ਤੁਹਾਨੂੰ ਕੋਈ ਵੀ ਚੀਜ਼ ਅਵੇਲੇਬਿਲਿਟੀ ਨਾ ਮਿਲੇ ਅਸੀਂ ਆਰਡਰ ਕਰ ਦਾਂਗੇ ਤੁਸੀਂ ਡਿਜ਼ਾਈਨ ਦਿਓ ਮੈਂ ਸੇਮ ਚੀਜ਼ ਬਣਾ ਕੇ ਦੇ ਦਾਂਗੇ ਤੁਹਾਨੂੰ ਵਿਦਇਨ 3 to 4 weeks ਕਹਿੰਦੇ ਇੱਕ ਕਰਨ ਬਾਲੀਵੁੱਡ ਦੇ ਵਿੱਚ ਹੈ, ਹੁਣ ਇੱਕ ਕਰਨ ਸਾਡੇ ਕੋਲ ਹਾਲੀਵੁੱਡ ਦੇ ਵਿੱਚ ਵੀ ਹੈ, ਹੁਣ ਅਮਰੀਕਾ ਦੇ ਵਿੱਚ ਵੀ ਸਾਨੂੰ ਕਰਨ ਸਾਡੇ ਕੋਲ ਕਰਨ ਹੈਗਾ ਜੋ ਤੁਹਾਡੀ ਵੈਡਿੰਗ ਨੂੰ ਵੀ ਡਿਜ਼ਾਈਨ ਕਰ ਸਕਦਾ, ਐਂਡ ਹੀ ਔਨ ਟੌਪ ਆਫ ਦੈਟ ਹੀ ਕੈਨ ਟੈਲ ਯੂ ਵਟ ਯੂ ਵਾਂਟ ਇਨ ਯੋਰ ਵੈਡਿੰਗ, ਯੂ ਆਰ ਲੁਕਿੰਗ ਫੋਰ ਐਨ ਕੇਟਰਰ ਹੀ ਕੈਨ ਪ੍ਰੋਵਾਈਡ ਯੂ, ਲੁਕਿੰਗ ਫੋਰ ਦੀ ਯੂ ਨੋ ਫੋਟੋਗ੍ਰਾਫਰ ਹੀ ਕੈਨ ਪ੍ਰੋਵਾਈਡ ਯੂ, ਇਫਨ ਯੂ ਆਰ ਲੁਕਿੰਗ ਫੋਰ ਆ ਡੀ ਜੇ, ਯੂ ਆਰ ਲੁਕਿੰਗ ਫੋਰ ਐਨੀਥਿੰਗ ਰਿਲੇਟਿੰਗ ਟੂ ਯੋਰ ਵੈਡਿੰਗ, ਕਰਨ ਇਜ਼ ਆਲਵੇਜ਼ ਦੇਅਰ। ਕਰਨ ਵੈਡਿੰਗ ਦੀ ਗੱਲ ਕਰੀਏ ਤਾਂ ਜਿਹੜੇ ਕੜੇ ਨੇ ਬਾਕਮਾਲ ਬਹੁਤ ਸੋਹਣੇ ਲੱਗ ਰਹੇ ਨੇ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਾਰੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ, ਇਹ ਵਿਸਾਖੀ ਦੀ ਬੰਪਰ ਸੇਲ ਤੁਸੀਂ ਲਾਈ ਹੈ, ਕੱਲ੍ਹ ਵਿਸਾਖੀ ਵੀ ਹੈ, ਐਂਡ ਤੁਸੀਂ ਵਿਸਾਖੀ ਦੇ ਉੱਤੇ $5,000 ਜਿਹੜੀ ਡਾਲਰ ਦੀ ਬਾਏ ਕਰੇਗਾ ਗੋਲਡ, ਤੁਸੀਂ ਉਹਨੂੰ ਗੋਲਡ ਚੇਨ ਫ੍ਰੀ ਦੇ ਰਹੇ ਹੋ। ਗੋਲਡ ਚੇਨ ਫ੍ਰੀ ਦਾਂਗੇ ਹਾਂਜੀ, ਤੇ ਜਿਨ੍ਹਾਂ ਨੂੰ ਪਾਰਕਿੰਗ ਨਹੀਂ ਮਿਲਦੀ ਇੱਥੇ ਜੈਕਸਨਹੈਡ ਉਹ ਵੀ ਅਸੀਂ ਫੈਸਿਲਿਟੀ ਪ੍ਰੋਵਾਈਡ ਕਰਤੀ ਹੈ ਸਾਡੇ ਕਸਟਮਰਸ ਵਾਸਤੇ, ਸਾਡੇ ਲਾਸਟ ਵੀਕ ਸਾਡੇ ਕਸਟਮਰ ਬਹੁਤ ਹੈਪੀ ਸੀ ਤੇ ਵੀ ਵਿਲ ਪੇ ਫੋਰ 1 hour ਪਾਰਕਿੰਗ ਜਿੰਨੀ ਦੇਰ ਤੁਸੀਂ ਸਾਡੇ ਸਟੋਰ ਦੇ ਅੰਦਰ ਹੈਗੇ ਹੋ ਤੇ ਮੋਸਟਲੀ 1 hour ਲੱਗਦਾ ਹੈ ਹਰ ਫੈਮਿਲੀ ਨੂੰ ਤੇ ਅਸੀਂ ਪ੍ਰੋਵਾਈਡ ਕਰਾਂਗੇ ਤੁਹਾਨੂੰ ਪੂਰੀ ਪਾਰਕਿੰਗ ਦੀ ਐਂਡ ਵੀ ਵਿਲ ਪੇ ਔਨ ਦਾ ਹਾਊਸ। ਕਿਆ ਬਾਤ ਹੈ ਜੀ, ਔਨ ਦਾ ਹਾਊਸ ਤੁਹਾਨੂੰ ਪਾਰਕਿੰਗ ਵੀ ਅਵੇਲੇਬਲ ਹੋਏਗੀ, ਤੇ ਕਰਨ ਤੁਹਾਡਾ ਧਿਆਨ ਵੀ ਰੱਖਣਗੇ, ਜੇਕਰ ਤੁਸੀਂ ਜੈਕਸਨ ਹਾਈਟ ਪਹੁੰਚੇ ਹੋ ਔਰ ਭੁੱਖੇ ਪਿਆਸੇ ਹੋ ਤਾਂ ਤੁਹਾਡਾ ਲੰਚ ਦਾ ਵੀ ਖਾਸ ਇੰਤਜ਼ਾਮ ਰੱਖਿਆ ਜਾਏਗਾ। ਉਹ ਪੱਕਾ, ਨੋ ਪ੍ਰੋਬਲਮ। ਸੋ ਕਰਨ ਇਹ ਇੱਕ ਡੋਰ ਸਟੈਪ ਸਰਵਿਸਿਜ਼ ਜਿਹੜੀ ਹੈ ਬਕਾਇਦਾ ਉਹ ਵੀ ਤੁਸੀਂ ਦੇ ਰਹੇ ਹੋ, www.kunaljewels.com ਜਿਹੜੇ ਆ ਉਹਦੇ ਉੱਤੇ ਵੀ ਲੋਕ ਲੌਗਇਨ ਕਰਕੇ ਆਰਡਰ ਕਰ ਸਕਦੇ ਨੇ, ਔਰ ਉਹਨਾਂ ਦੇ ਘਰ ਜਿਹੜੀ ਹੈਗੀ ਹੈ ਤੁਸੀਂ ਜਵੈਲਰੀ ਸ਼ਿਪ ਕਰ ਦੋਗੇ, ਉਹਦੇ ਬਾਰੇ ਥੋੜ੍ਹੀ ਜਿਹੀ ਹੋਰ ਜਾਣਕਾਰੀ ਵਿਸਥਾਰ ਦੇ ਵਿੱਚ ਦੱਸੋ। ਹਾਂਜੀ, ਪੂਰੇ ਯੂਨਾਈਟਿਡ ਸਟੇਟਸ ਦੇ ਅੰਦਰ ਅਸੀਂ ਸ਼ਿਪਿੰਗ ਕਰ ਰਹੇ ਹਾਂ ਐਂਡ ਕਿਤੇ ਵੀ ਤੁਸੀਂ ਹੋਵੋ ਕੋਈ ਡਿਜ਼ਾਈਨ ਤੁਹਾਨੂੰ ਪਸੰਦ ਆ ਗਿਆ ਆਨਲਾਈਨ ਤੇ ਨਹੀਂ ਤੇ ਟੀਵੀ ਸਕਰੀਨ ਤੇ ਜੋ ਤੁਹਾਨੂੰ ਦਿਖ ਰਿਹਾ ਅਦਰਵਾਈਜ਼ ਵਟਸਐਪ ਕਰੋ, ਜੋ ਤੁਸੀਂ ਦੇਖਿਆ ਕੋਈ ਦੂਸਰੀ ਦੁਕਾਨ ਤੇ ਅਸੀਂ ਉਹ ਚੀਜ਼ ਸੇਮ ਤੁਹਾਨੂੰ ਬਣਾ ਕੇ ਦੇ ਦਾਂਗੇ ਤੇ ਤੁਹਾਡੇ ਡੋਰ ਸਟੈਪ ਤੇ ਵਿਦਿਨ ਜੋ ਸਾਡੇ ਕੋਲ ਨਹੀਂ ਹੈਗੀ ਉਹ 3 to 4 weeks ਦੇ ਅੰਦਰ ਆ ਜਾਏਗੀ, ਜੋ ਸਾਡੇ ਕੋਲ ਹੈਗੀ ਅਵੇਲੇਬਿਲਟੀ ਉਹ ਅਸੀਂ ਤੁਹਾਨੂੰ ਰਾਈਟ ਅਵੇ ਸ਼ਿਪ ਕਰ ਦਾਂਗੇ। ਕਰਨ ਜਿਹੜਾ ਅੱਜ ਕੱਲ੍ਹ ਯੰਗ ਜਨਰੇਸ਼ਨ ਹੈ ਜਿਹੜੇ ਹੁਣ ਸਾਡੀ ਬ੍ਰਾਈਡਲਸ ਹੋਣਗੇ ਉਹਨਾਂ ਦਾ ਜਿਹੜਾ ਥੋੜ੍ਹਾ ਟੇਸਟ ਡਿਫਰੈਂਟ ਹੈ, ਦੇ ਡੋਂਟ ਲਾਈਕ ਯੈਲੋ ਗੋਲਡ, ਕਈਆਂ ਨੂੰ ਨਹੀਂ ਪਸੰਦ, ਉਹਨਾਂ ਲਈ ਉਹਨਾਂ ਲਈ ਤੁਹਾਡੇ ਕੋਲ ਕੀ ਹੈਗਾ ਐਸੈਸਰੀਜ਼? ਸਾਡੇ ਕੋਲ ਐਂਟੀਕ ਜੋ ਸਟਾਈਲ ਜੋ ਮੈਂ ਤੁਹਾਨੂੰ ਕਹਿ ਰਿਹਾ ਸਟੋਨ ਜੁਐਲਰੀ ਹੋ ਗਈ ਹਨਾ ਤੇ ਉਹ ਚੀਜ਼ ਦੇ ਅੰਦਰ ਉਹਨਾਂ ਨੂੰ ਅੱਛੀ ਲੱਗਦੀ ਹੈ ਬਟ ਟ੍ਰੈਂਡ ਤੇ ਚੇਂਜ ਹੁੰਦਾ ਹੈ ਬਟ ਟ੍ਰੈਡੀਸ਼ਨਲ ਜਿਹੜਾ ਟੀਵੀ ਸਕਰੀਨ ਤੇ ਚੱਲ ਰਿਹਾ ਹੈ ਇਹ ਵਾਲੀ ਜਿਹੜੀ ਜੁਐਲਰੀ ਚੱਲ ਰਹੀ ਹੈ ਟੀਵੀ ਸਕਰੀਨ ਤੇ ਆ ਐਂਟੀਕ ਦੇ ਅੰਦਰ ਆਉਂਦੀ ਹੈ, ਔਨ ਟੌਪ ਆਫ ਦੈਟ ਮੈਂ ਜਾਨਣਾ ਚਾਹਾਂਗਾ ਕਿ ਇਹ ਵੀ ਰੀਅਲ ਗੋਲਡ ਹੈਗਾ? ਇਹ ਸਾਰਾ ਰੀਅਲ ਗੋਲਡ ਹੁੰਦਾ ਹੈ, 22 ਕੈਰੇਟ ਗੋਲਡ ਹੁੰਦਾ ਹੈ, 916 ਪੂਰਾ ਹੁੰਦਾ ਹੈ ਤੇ ਇਹ ਜਸਟ ਪੋਲਿਸ਼ ਹੈ ਇਹਦੇ ਉੱਤੇ ਤੇ ਅਦਰਵਾਈਜ਼ ਹਰ ਕੋਈ ਐਂਟੀਕ ਨਹੀਂ ਚਾਹੁੰਦਾ, ਕੋਈ ਟ੍ਰੈਡੀਸ਼ਨਲ ਵੀ ਚਾਹੁੰਦਾ ਐਂਡ ਯੈਲੋ ਗੋਲਡ ਵੀ ਸਾਡਾ ਬਹੁਤ ਚੱਲਦਾ ਹੈ ਐਂਡ ਉਹਦੇ ਅੰਦਰ ਵੀ ਅਸੀਂ ਕਿੰਨੇ ਵਰਾਇਟੀ ਕੱਟਦੀ ਹੈ, ਡਿਫਰੈਂਟ ਲੁੱਕ ਕੱਟਦੀ ਹੈ, ਯੂਜਲੀ ਉਹ ਕਲਰ ਯੈਲੋ ਹੈ ਬਟ ਡਿਫਰੈਂਟ ਫੈਂਸੀਨੈਸ ਹੈ। ਪਰ ਕਰਨ ਜਿਵੇਂ ਕਿਹਾ ਜਾਂਦਾ ਰਿਵਾਜ ਜਿਹੜੇ ਹੈਗੇ ਨੇ ਉਹ ਵਾਪਿਸ ਆਉਂਦੇ ਨੇ, ਟ੍ਰੈਂਡ ਵਾਪਿਸ ਆਉਂਦੇ ਨੇ ਔਰ ਹਿਸਟਰੀ ਰਿਪੀਟ ਹੁੰਦੀ ਹੈ, ਅੱਜ ਤੱਕ ਮੈਂ ਦੇਖ ਰਿਹਾ ਯੈਲੋ ਗੋਲਡ ਦਾ ਜਿਹੜਾ ਟ੍ਰੈਂਡ ਹੈ ਖਤਮ ਨਹੀਂ ਹੋਇਆ, ਮੈਂ ਤਾਂ ਕਹਿ ਰਿਹਾ ਦਿਨ ਬਰ ਦਿਨ ਹੋਰ ਵੱਧਦਾ ਜਾ ਰਿਹਾ, ਕੀ ਕਾਰਨ ਹੈਗਾ, ਲੋਕ ਤੁਹਾਨੂੰ ਕੀ ਲੱਗਦਾ ਕਿ ਕਿਉਂ ਬਾਏ ਕਰਨਾ ਚਾਹੁੰਦੇ ਨੇ, ਵਾਈ ਦੇ ਥਿੰਕ ਦਿਸ ਇਜ਼ ਅ ਬੈਸਟ ਇਨਵੈਸਟਮੈਂਟ? ਦਿਸ ਇਨਵੈਸਟਮੈਂਟ ਤੁਸੀਂ ਦੇਖ ਲਓ ਯੋਰ ਚਾਈਲਡਹੁੱਡ ਹਰਕਿਰਤ, ਮਾਈ ਚਾਈਲਡਹੁੱਡ, ਯੂ ਨੋ ਆਵਰ ਪੈਰੈਂਟਸ ਬੌਟ ਇਟ ਤੇ ਅੱਜ ਦੇਖ ਲਓ ਇਟ ਦ ਪ੍ਰਾਈਸ ਫਲਕਚੁਏਟ ਹਨਾ ਹੁੰਦਾ ਤੇ ਅੱਜ ਦੀ ਡੇਟ ਦੇ ਅੰਦਰ ਪ੍ਰਾਈਸ ਕਿੰਨਾ ਆਲਮੋਸਟ ਇਟਸ 20 times ਅਪ ਐਂਡ ਗੋਲਡ ਪ੍ਰਾਈਸ ਦੇ ਅੰਦਰ ਜੋ ਫਲਕਚੁਏਟ ਹੁੰਦਾ ਹੈ ਇਹ ਹੀ ਤੁਹਾਡਾ ਬੈਨੀਫਿਟ ਹੈ ਜੋ ਤੁਹਾਨੂੰ ਗੋਲਡ ਦੇ ਅੰਦਰ ਹੀ ਮਿਲੇਗਾ, ਔਰ ਕੋਈ ਚੀਜ਼ ਦੇ ਅੰਦਰ ਤੁਹਾਨੂੰ ਮਿਲਣਾ ਨਹੀਂ ਹੈ। ਜਿੰਨੀ ਮਰਜ਼ੀ ਤੁਸੀਂ ਇਨਵੈਸਟਮੈਂਟ ਕਰ ਲਓ, ਗੋਲਡ ਇਜ਼ ਵਨ ਆਫ ਦ ਬੈਸਟ ਇਨਵੈਸਟਮੈਂਟਸ ਜੋ ਤੁਹਾਡੇ ਹੱਥ ਵਿੱਚ ਹੈ ਐਂਡ ਇਟਸ ਨਾਟ ਅ ਸਟਾਕ, ਇਟਸ ਨਾਟ ਅ ਬਿਟਕੋਇਨ, ਇਟਸ ਨਾਟ ਐਨੀ ਅਦਰ ਸਟਾਕ ਹਨਾ ਤੇ ਕਿ ਤੁਸੀਂ ਰਾਈਟ ਅਵੇ ਲੂਜ਼ ਵੀ ਕਰ ਸਕਦੇ ਹੋ ਸਟਾਕ ਦੇ ਅੰਦਰ, ਬਿਟਕੋਇਨ ਦੇ ਅੰਦਰ ਤੁਸੀਂ ਓਵਰਨਾਈਟ ਲੂਜ਼ ਕਰ ਸਕਦੇ, 24 hours ਸਟਾਕ ਚੱਲਦੇ ਰਹਿੰਦਾ, ਬਟ ਗੋਲਡ ਇਜ਼ ਏ ਇਨਵੈਸਟਮੈਂਟ ਜੋ ਤੁਹਾਡੇ ਕੋਲ ਘਰ ਦੇ ਅੰਦਰ ਹੈ, ਤੁਹਾਡੇ ਕੋਲ ਹੈ, ਬੈਂਕ ਦੇ ਲੋਕਰ ਦੇ ਵਿੱਚ ਰੱਖੀਏ, ਤੁਸੀਂ ਜਿੱਥੇ ਵੀ ਰੱਖੀਏ ਉਹ ਤੁਹਾਡੇ ਉਹ ਐਸੈਟ ਹੈ।
ਜਿਹੜਾ ਤੁਹਾਡੇ ਕੋਲ ਪਿਆ ਉਹ ਐਸੈਟ ਹੈ ਰਾਈਟ ਜਸਟ ਲਾਈਕ ਅ ਹੋਮ ਲਾਈਕ ਐਸੈਟ ਤੁਹਾਡੇ ਕੋਲ ਹੈ ਹਨਾ ਤੇ ਹਾਂ ਉਹ ਸਭ ਤੋਂ ਬੈਸਟ ਐਸੈਟ ਹੈ ਬਿਲਕੁਲ 5163010771 ਹੈ ਵਟਸਐਪ ਦਾ ਨੰਬਰ ਹੈ 7184787200 ਇਸ ਨੰਬਰ ਦੇ ਉੱਤੇ ਕਾਲ ਕਰਕੇ kunaljewels.com ਦੇ ਉੱਤੇ ਤੁਸੀਂ ਲੌਗਇਨ ਕਰਕੇ ਵੀ ਇਹਨਾਂ ਦੇ ਜਿਹੜੇ ਡਿਜ਼ਾਈਨਸ ਨੇ ਲੇਟੈਸਟ ਡਿਜ਼ਾਈਨਸ ਉਹਨਾਂ ਨੂੰ ਆਰਡਰ ਕਰ ਸਕਦੇ ਹੋ ਔਰ ਸਭ ਤੋਂ ਖਾਸ ਗੱਲ ਇਹ ਹੈਗੀ ਹੈ ਕਿ kunaljewels.com ਦੇ ਉੱਤੇ ਕਿ ਇਹਨਾਂ ਦੇ ਜਿਹੜੇ ਲੇਟੈਸਟ ਡਿਜ਼ਾਈਨਸ ਨੇ ਉਹ ਅਵੇਲੇਬਲ ਨੇ ਇਹਨਾਂ ਦੀ ਵੈਬਸਾਈਟ ਦੇ ਉੱਤੇ ਤੁਸੀਂ ਉੱਥੇ ਹੀ ਆਪਣੀ ਸ਼ੋਪਿੰਗ ਲਿਸਟ ਦੇ ਵਿੱਚ ਕਾਰਟ ਦੇ ਵਿੱਚ ਪਾ ਸਕਦੇ ਹੋ ਐਂਡ ਡੋਰ ਸਟੈਪ ਦੇ ਵਿੱਚ ਤੁਹਾਨੂੰ ਇਹਨਾਂ ਦੀ ਸਰਵਿਸਿਜ਼ ਦਿੱਤੀ ਜਾਏਗੀ ਜੇਕਰ ਉਹ ਤੁਹਾਡੇ ਕੋਲ ਨਹੀਂ ਪਹੁੰਚਦਾ ਤਾਂ ਉਹਦਾ ਵੀ ਜਿਹੜਾ ਭੁਗਤਾਨ ਹੈ ਖੁਦ ਆਪ ਕੁਨਾਲ ਜਵੈਲਰਸ ਆਪਣੇ ਸਿਰ ਤੇ ਲਏਗਾ ਗਰੰਟੀ ਕਰਦਾ ਕਿ ਤੁਹਾਡੇ ਡੋਰ ਸਟੈਪ 'ਤੇ ਤੁਹਾਡਾ ਜਿਹੜਾ ਭਾਵੇਂ ਗੋਲਡ ਦੀ ਚੇਨ ਹੈ ਭਾਵੇਂ ਤੁਹਾਡਾ ਕੜਾ ਹੈ ਭਾਵੇਂ ਤੁਹਾਡੇ ਨੈਕਲੈਸ ਹੈ ਭਾਵੇਂ ਤੁਹਾਡੇ ਏਅਰਰਿੰਗਸ ਨੇ ਕਿਉਂਕਿ ਹੁਣ ਇਹ ਜਿਹੜੀ ਵਿਸਾਖੀ ਧਮਾਕਾ ਸੇਲ ਬਕਾਇਦਾ ਲੱਗੀ ਹੈ ਜੈਕਸਨ ਹਾਈਟਸ ਵਿਖੇ ਇਹਨਾਂ ਦੇ ਸਟੋਰ ਵਿਖੇ ਤੁਸੀਂ ਉਹਦਾ ਵੀ ਮਜ਼ਾ ਲੈ ਸਕਦੇ ਹੋ ਵੀਕਐਂਡ ਦੇ ਉੱਤੇ ਕੱਲ੍ਹ ਪਰਸੋਂ ਜਦ ਵੀ ਤੁਸੀਂ ਜਾਣਾ ਹੈ 7184787200 'ਤੇ ਕਾਲ ਕਰ ਲਓ ਕਰਨ ਹੋਰਾਂ ਨੂੰ ਆਪਣੀ ਅਪੁਆਇੰਟਮੈਂਟ ਬਣਾ ਲਓ ਤੁਹਾਨੂੰ ਗੱਡੀ ਦੀ ਪਾਰਕਿੰਗ ਫ੍ਰੀ 'ਚ ਦਿੱਤੀ ਜਾਏਗੀ ਔਰ ਜੇਕਰ ਤੁਸੀਂ ਈਸਟ ਕੋਸਟ ਤੋਂ ਵਰਜੀਨੀਆ ਤੋਂ ਮੈਰੀਲੈਂਡ ਤੋਂ ਬਾਲਟੀਮੋਰ ਤੋਂ ਫਿਲਾਡੈਲਫੀਆ ਤੋਂ ਪੈਨਸਲਵੀਨੀਆ ਤੋਂ ਨਿਊ ਜਰਸੀ ਤੋਂ ਜਿੱਥੋਂ ਕਿੱਥੋਂ ਵੀ ਆਉਣਾ ਚਾਹੁੰਦੇ ਹੋ ਨਿਊਯਾਰਕ ਤੁਸੀਂ ਆ ਸਕਦੇ ਹੋ ਤੁਹਾਨੂੰ ਪਾਰਕਿੰਗ ਫ੍ਰੀ ਦਿੱਤੀ ਜਾਏਗੀ ਲੰਚ ਵੀ ਤੁਹਾਨੂੰ ਦਿੱਤਾ ਜਾਏਗਾ ਅਤੇ ਗੋਲਡ ਚੇਨ ਵੀ ਦਿੱਤੀ ਜਾਏਗੀ ਇਸ ਇੰਨੀ ਵੱਡੀ ਡੀਲ ਕੌਣ ਦੇ ਸਕਦਾ ਇੰਨੀ ਬਿਹਤਰ ਡੀਲ ਕੌਣ ਦੇ ਸਕਦਾ ਔਰ ਹਰਕੇ ਤਾਂ ਇੱਕ ਸਾਡੇ ਕਸਟਮਰ ਆਏ ਸੀ ਤੇ ਉਹਨਾਂ ਦਾ ਕੁਐਸਚਨ ਹੈਗਾ ਸੀ ਜੁਐਲਰੀ ਬਾਈ ਨਹੀਂ ਕਰ ਰਹੇ ਸੀ ਸਾਡੇ ਕੋਲੋਂ ਕਿ ਕਸਟਮਸ ਉਹਨਾਂ ਨੂੰ ਰੋਕ ਲੈਂਦੀ ਹੈ ਕਿ ਇਨ ਕੇਸ ਕਸਟਮ ਤੁਹਾਨੂੰ ਰੋਕਦੀ ਹੈ ਕਿ ਜੁਐਲਰੀ ਕਿਸ ਵਾਸਤੇ ਲੈ ਕੇ ਜਾ ਰਹੇ ਹੋ ਕਿਉਂ ਲੈ ਕੇ ਜਾ ਰਹੇ ਹੋ ਇੰਡੀਆ ਤੇ ਤੁਹਾਨੂੰ ਜੁਐਲਰੀ ਜੋ ਤੁਸੀਂ ਆਪਣੀ ਵੈਡਿੰਗ ਤੇ ਯੂਜ਼ ਕਰਨੀ ਹੈ ਐਂਡ ਗਿਫਟਸ ਦੇ ਅੰਦਰ ਯੂਜ਼ ਕਰਨੀ ਹੈ ਤੁਹਾਨੂੰ ਕੋਈ ਰੁਕਾਵਟ ਨਹੀਂ ਹੈ ਇਹ ਡਰ ਦੇ ਅੰਦਰ ਨਾ ਰਹੋ ਇਹ ਤੁਸੀਂ ਬਾਈ ਕਰ ਸਕਦੇ ਹੋ ਇੱਥੋਂ ਜਿੰਨਾ ਮਰਜ਼ੀ ਲੈ ਕੇ ਜਾ ਸਕਦੇ ਹੋ ਇਹ ਗੋਲਡ ਜੁਐਲਰੀ ਦੇ ਫੋਰਮ ਵਿੱਚ ਹੋਣਾ ਚਾਹੀਦਾ ਹੈ ਕਸਟਮ ਤੁਹਾਨੂੰ ਕੋਈ ਨਹੀਂ ਕੁਛ ਕਹੇਗੀ ਇਹ ਕੋਈ ਲਾਅ ਨਹੀਂ ਹੈਗਾ ਜੋ ਤੁਹਾਨੂੰ ਰੋਕੇ ਕਿ ਤੁਸੀਂ ਇੱਥੋਂ ਬਾਈ ਕਰਕੇ ਇੰਡੀਆ ਨਹੀਂ ਲੈ ਕੇ ਜਾ ਸਕਦੇ ਇਹ ਤੁਹਾਨੂੰ ਗਲਤ ਇਨਫੋਰਮੇਸ਼ਨ ਦਿੰਦੇ ਨੇ ਇਹ ਤੁਹਾਨੂੰ ਕੋਈ ਨਾ ਲਓ ਇਹ 24 ਕੈਰੇਟ ਜੋ ਹੁੰਦਾ ਹੈ ਗੋਲਡ ਬਾਰ ਨਹੀਂ ਲੈ ਕੇ ਜਾ ਸਕਦੇ ਤੁਹਾਡੀ ਜੁਐਲਰੀ ਜੋ ਹੈਗੀ ਹੈ ਜੋ ਬਣਾਈ ਹੋਈ ਜੁਐਲਰੀ ਹੈ ਵੈਡਿੰਗ ਤੇ ਯੂਜ਼ ਕਰਨੀ ਹੈ ਗਿਫਟਸ ਤੇ ਯੂਜ਼ ਕਰਨੀ ਹੈ ਉਹ ਤੁਸੀਂ ਯੂਜ਼ ਕਰ ਸਕਦੇ ਹੋ ਲੈ ਕੇ ਜਾ ਸਕਦੇ ਹੋ ਇੰਡੀਆ ਤੋਂ ਬਾਏ ਕਰਨਾ ਔਰ ਉੱਥੋਂ ਦੀ ਬਾਏ ਕਰਨਾ 'ਚ ਕਿੰਨਾ ਫਰਕ ਹੈ ਦੇਖੋ ਇੱਥੇ ਤੁਹਾਨੂੰ ਪਿਓਰਟੀ ਦਾ ਕੋਈ ਪ੍ਰੋਬਲਮ ਨਹੀਂ ਰਹਿਣੀ ਤੁਹਾਨੂੰ ਪਤਾ ਮੇਰੀ ਦੁਕਾਨ ਕਿੱਥੇ ਹੈ ਤੇ 24 ਆਵਰ ਨੰਬਰ ਅਸੀਂ ਦੇਤਾ ਹੈ ਤੇ ਉਹ ਤੁਸੀਂ ਜਦੋਂ ਮਰਜ਼ੀ ਫੋਨ ਕਰੋ ਮੈਸੇਜ ਕਰੋ ਵੀ ਆਰ ਅਵੇਲੇਬਲ ਐਂਡ ਗਾਰੰਟੀਡ ਹੈ ਤੇ ਤੁਹਾਨੂੰ ਜੁਐਲਰੀ ਦੀ ਗਾਰੰਟੀ ਮਿਲੇਗੀ ਰਾਈਟ ਬਿਲਕੁਲ ਸੋ ਆਪਣੀ ਅਪੁਆਇੰਟਮੈਂਟ ਹੁਣੇ ਹੀ ਬਣਾ ਲਓ ਤੁਹਾਨੂੰ ਜੁਐਲਰੀ ਦੀ ਜਿਹੜੀ ਹੈ ਗਾਰੰਟੀ ਵੀ ਮਿਲੇਗੀ ਔਰ ਜੈਕਸਨ ਹਾਈਟਸ ਨਿਊਯਾਰਕ ਦਾ ਆਪਣਾ ਪਲਾਨ ਬਣਾ ਲਓ ਜੇਕਰ ਤੁਸੀਂ ਇਸ ਵੀਕਐਂਡ 'ਤੇ ਕਿੱਥੇ ਹੋਰ ਜਾਣ ਦੀ ਸੋਚ ਰਹੇ ਸੀਗੇ ਤਾਂ $5,000 ਦੀ ਜੇਕਰ ਤੁਸੀਂ ਜੁਐਲਰੀ ਬਾਏ ਕਰਦੇ ਹੋ ਗੋਲਡ ਚੇਨ ਫ੍ਰੀ ਦਿੱਤੀ ਜਾਏਗੀ ਤੁਹਾਨੂੰ ਕੁਨਾਲ ਜਵੈਲਰਸ ਵੱਲੋਂ ਇਹ ਔਫਰ ਜਿਹੜੀ ਹੈ ਜਸਟ ਪੰਜਾਬੀ ਦੇ ਵਿਊਅਰਸ ਲਈ ਹੈ ਔਰ ਜਿਨ੍ਹਾਂ ਨੇ ਪ੍ਰੋਗਰਾਮ ਵੇਖ ਲਿਆ ਉਹ ਹੁਣੇ ਹੀ ਫੋਨ ਕਰ ਲੈਣ ਆਪਣਾ ਨਾਂ ਲਿਖਵਾ ਦੇਣ ਤਾਂ ਤੁਹਾਡੀ ਗੋਲਡ ਚੇਨ ਜਿਹੜੀ ਹੈ ਉਹ ਰੱਖੀ ਜਾਏ ਤਾਂ ਕਿ ਸੰਭਾਲ ਕੇ ਤਾਂ ਕਿ ਕਰਨ ਹੋਰਾਂ ਨੂੰ ਪਤਾ ਹੋਏ ਕਿ ਤੁਸੀਂ ਕੱਲ੍ਹ ਇਹਨਾਂ ਦੇ ਕੋਲ ਆ ਰਹੇ ਹੋ ਪਰਸੋਂ ਇਹਨਾਂ ਦੇ ਕੋਲ ਆ ਰਹੇ ਹੋ ਜਾਂ ਫਿਰ ਇਸ ਵੀਕਐਂਡ ਦੇ ਉੱਤੇ ਤੁਸੀਂ ਇਹਨਾਂ ਦੇ ਕੋਲ ਜਾ ਰਹੇ ਹੋ ਉਹ ਤੁਹਾਡੀ ਜੁਐਲਰੀ ਸੰਭਾਲ ਕੇ ਵੀ ਰੱਖਣ ਅਤੇ ਤੁਹਾਡੀ ਜਿਹੜੀ ਗੋਲਡ ਚੇਨ ਹੈ ਉਹਨੂੰ ਪਿਆਰ ਨਾਲ ਸਜਾ ਕੇ ਵੀ ਰੱਖਣ ਔਰ ਤੁਸੀਂ ਜਿਹੜੀ ਇਹ ਗੋਲਡ ਚੇਨ ਹੈ ਵਿਸਾਖੀ ਦੇ ਉੱਤੇ ਕਿਸੇ ਹੋਰ ਨੂੰ ਗਿਫਟ ਕਰ ਸਕਦੇ ਹੋ ਕਿਸੇ ਹੋਰ ਨੂੰ ਖੁਸ਼ ਕਰ ਸਕਦੇ ਹੋ 5,000 ਦੀ ਜੇਕਰ ਤੁਸੀਂ ਇਹਨਾਂ ਤੋਂ ਜੁਐਲਰੀ ਬਾਏ ਕਰਦੇ ਹੋ ਕਰਨ ਜਾਂਦੇ ਜਾਂਦੇ ਕੋਈ ਹੋਰ ਅਨਾਊਂਸਮੈਂਟ ਕੋਈ ਹੋਰ ਦਰਸ਼ਕਾਂ ਦੇ ਨਾਲ ਤੁਸੀਂ ਗੱਲ ਕਰਨੀ ਹੈ ਜਸ ਪੰਜਾਬੀ ਦੇ ਜਿੰਨੇ ਵੀ ਵਿਊਅਰਸ ਆ ਰਹੇ ਹੋ ਪਲੀਜ਼ ਮੈਂਸ਼ਨ ਕਰੋ ਜਸ ਪੰਜਾਬੀ ਨੂੰ ਹਰਕੀਰਤ ਨੂੰ ਸਪੈਸ਼ਲੀ ਆਲਸੋ ਤੁਹਾਨੂੰ ਕੋਈ ਵੀ ਜੁਐਲਰੀ ਦੀ ਜ਼ਰੂਰਤ ਹੈ ਕੁਛ ਵੀ ਤੁਹਾਨੂੰ ਜ਼ਰੂਰਤ ਹੈ ਮੈਂਸ਼ਨ ਕਰੋ ਤੁਹਾਨੂੰ ਬਿਲਕੁਲ ਪ੍ਰਾਈਸ ਬੈਸਟ ਮਿਲੇਗਾ ਤੇ ਜਸ ਪੰਜਾਬੀ ਐਂਡ ਹਰਕੀਰਤ ਨੂੰ ਨਾ ਭੁੱਲਿਓ kunaljewels.com ਦੇ ਉੱਤੇ ਤੁਸੀਂ ਲੌਗਇਨ ਕਰਕੇ ਵੀ ਨਾ ਤਾਂ ਵੈਬਸਾਈਟ ਦੇ ਉੱਤੇ ਵੀ ਜੁਐਲਰੀ ਜਿਹੜੀ ਹੈ ਬਾਏ ਕਰ ਸਕਦੇ ਹੋ ਥੈਂਕ ਯੂ ਕਰਨ ਫੋਰ ਜੁਆਇਨਿੰਗ ਅਸ ਐਂਡ ਨੈਕਸਟ ਵੀਕ ਅਸੀਂ ਮੰਡੇ ਨੂੰ ਆਵਾਂਗੇ ਔਰ ਲੈ ਕੇ ਆਵਾਂਗੇ ਬਾਏ ਗੋਲਡ ਨਾਓ ਆਸ ਕਰਨ ਹਾਓ ਔਰ ਕਰਨ ਤੁਹਾਨੂੰ ਦੱਸਣਗੇ ਕਿ ਵੈਡਿੰਗ ਦੇ ਵਿੱਚ ਕੀ ਟ੍ਰੈਂਡ ਚੱਲ ਰਿਹਾ ਹੈ ਔਰ ਕੌਣ ਕੌਣ ਹੈਗੇ ਨੇ ਜਿਹਨਾਂ ਨੂੰ ਤੁਸੀਂ ਕਰ ਸਕਦੇ ਹੋ ਹਾਇਰ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਵੋ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ